ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਮਲ ਪ੍ਰਸਾਦਿ ਆ ਸਚ ਜੁਗਾ ਸਚ ਸਾਰੇ ਬੋਲੋ ਹੋਸੀ ਭੀ ਸਚ ਇਕੋਕਾਰ ਕਰਤਾ ਪੁਰਖ ਨਿਰਭਉ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦਿ ਸਚ ਜੁਗਾਦਿ ਸਚ ਹੈ ਭੀਮ ਓਂਕਾਰ ਸਤਨਾਮ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਹੈਪੀ ਸਚ ਨਾਨ ਧੰਨ ਗੁਰੂ ਨਾਨਕ 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 ਸਿਮਰੋ ਸਿਮਰ ਸਿਮਰ ਸੁਖ ਪਾਓ ਸਤਿਗੁਰਾਂ ਨੇ ਸੁਖਮਣੀ ਦੀ ਬਾਣੀ ਲਿਖੀ ਹੈ ਉਹਨਾਂ ਕਿਹਾ ਵੀ ਦੁਨੀਆਂ ਦੇ ਲੋਕੋ ਤੁਸੀਂ ਸੁੱਖ ਚਾਹੁੰਦੇ ਜੇ ਨਾ ਕਿ ਘਰ ਹੋਏਗਾ ਸੁਖੀ ਹੋਵਾਂਗੇ ਜ਼ਮੀਨ ਜਾਇਦਾਦ ਹੋਏਗੀ ਸੁਖੀ ਹੋਵਾਂਗੇ ਪਰਿਵਾਰ ਹੋਏਗਾ ਧਨ ਹੋਏਗਾ ਤੁਸੀਂ ਸੁੱਖ ਲੱਭਦੇ ਹੋ ਕਹਿੰਦੇ ਐਵੇਂ ਸੁੱਖ ਨਹੀਂ ਲੱਭਦਾ ਜਿਵੇਂ ਤੁਸੀਂ ਲੱਭਦੇ ਹੋ ਸੁੱਖ ਦੇ ਪਿੱਛੇ ਤੁਸੀਂ ਲੱਗਦੇ ਹੋ ਸੁੱਖ ਐਵੇਂ ਮਿਲਦਾ ਨਹੀਂ ਸੁੱਖ ਮੰਗਤ ਦੁੱਖ ਅੱਗੇ ਆਵੇ ਸਾਰਾ ਸੰਸਾਰ ਸੁੱਖ ਮੰਗਦਾ ਹੈ ਅਤੇ ਸਾਰਾ ਸੰਸਾਰ ਦੁਖੀ ਹੈ ਇਹਦਾ ਕਾਰਨ ਕੀ ਸੋ ਸੁੱਖ ਹਮੋਨਾ ਮੰਗਿਆ ਪਾਵੇ ਰੱਬ ਨੂੰ ਪਾਉਂਦਾ ਹੀ ਨਹੀਂ ਕਿ ਤੂੰ ਸੁੱਖ ਮੰਗਦਾ ਹੈ ਸੁੱਖ ਮਿਲੇਗਾ ਨਾਮ ਜਪ ਕੇ ਨਾਮ ਜਪਣ ਨਾਲ ਸੁੱਖ ਮਿਲੇਗਾ ਸ
ਸਿਮਰ ਰੱਬ ਦਾ ਨਾਮ ਤੇ ਸੁੱਖ ਪਾਲਾ, ਨਾਮ ਜਪ ਸੁੱਖ ਪਾਏਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਕਹਿੰਦੇ ਜਿਹੜੇ ਕਲੇਸ਼ ਨੇ ਝਗੜੇ ਨੇ ਕਿਵੇਂ ਮੁੱਕਣਗੇ, ਕਹਿੰਦੇ ਇਹ ਵੀ ਮੁੱਕ ਜਾਣਗੇ, ਇਹ ਤੇਰੇ ਅੰਦਰੇ ਅੰਦਰੇ ਹੀ ਖਤਮ ਹੋ ਜਾਣਗੇ ਜਦੋਂ ਤੂੰ ਨਾਮ ਜਪੇਂਗਾ। ਇੱਥੇ ਬਾਬਾ ਮਾਹਨ ਨਾਮ ਸਿੰਘ ਜੀ ਹੋਏ, ਐਡਾ ਵੱਡਾ ਡੇਰਾ ਦੇਖਦੇ ਹਾਂ ਆਪਾਂ। ਉਹ ਇਸ ਪਿੰਡ ਦੇ ਨਹੀਂ ਸੀ, ਉਹ ਬਾਹਰੋਂ ਆਏ ਸੀ। ਇੰਨਾ ਵੱਡਾ ਡੇਰਾ ਉਹਨਾਂ ਦਾ ਕਿਵੇਂ ਬਣ ਗਿਆ? ਉਹਨਾਂ ਨੇ ਨਾਮ ਜਪਿਆ ਸੀ। ਨਾਮ ਜਪਣ ਨਾਲ ਡੇਰਾ ਬਣਿਆ। ਜੇ ਉਹ ਨਾਮ ਨਾ ਜਪਦੇ ਤੁਹਾਡੇ ਵਾਂਗੂ ਹੀ ਧੰਦੇ ਕਰਦੇ, ਖੇਤੀ ਕਰਦੇ, ਪਸ਼ੂ ਸੰਭਾਲਦੇ, ਫਿਰ ਬਾਬੇ ਮਾਨ ਨਾਮ ਸਿੰਘ ਦਾ ਡੇਰਾ ਨਹੀਂ ਬਣਨਾ ਸੀ ਇੰਨਾ ਵੱਡਾ। ਕਿਸੇ ਨੇ ਦਰਸ਼ਨ ਕਰਨ ਨਹੀਂ ਆਉਣਾ ਸੀ। ਲੋਕ ਚੜਾਵੇ ਚੜਾਉਂਦੇ, ਸੁੱਖਣਾ ਸੁੱਖਦੇ, ਮੱਥਾ ਟੇਕਦੇ, ਸਾਰਾ ਪਿੰਡ ਟੇਕਦਾ ਹੈ, ਸਾਰਾ ਪਿੰਡ ਸੁੱਖ ਮੰਗਦਾ, ਕਿਸੇ ਦੇ ਘਰ ਤੋਂ ਕੋਈ ਮੰਗਦਾ ਹੈ ਉਹ ਵੀ ਪੁੱਛੋ ਦੇ। ਇਹ ਪੁੱਛੋ ਵਿੱਚ ਆ ਕੇ ਬੈਠੇ ਸੀ, ਇਹਨਾਂ ਨੇ ਨਾਮ ਜਪਿਆ ਸੀ ਅਤੇ ਨਾਮ ਜਪਾਇਆ ਸੀ। ਇੱਥੋਂ ਬੜੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਲੈ ਗਏ, ਰਾਜੇ ਰਾਜ ਲੈ ਗਏ, ਦੁਨੀਆ ਸੁੱਖ ਦਾ ਬਹੁਤ ਦਾਤਾਂ ਲੈ ਕੇ ਗਈਆਂ। ਬਾਬਾ ਜੀ 12 ਸਾਲ ਰੂਮੀ ਰਹੇ ਸੀ ਅਤੇ ਸੇਮੇ ਪਿੰਡ ਦੇ ਵਿੱਚ ਬਹੁਤੇ ਜਵਾਕ ਜਿਹੜੇ ਸੀ ਉਹ ਬਾਬੇ ਮਾਨ ਨਾਮ ਸਿੰਘ ਦੀਆਂ ਦਾਤਾਂ ਦਿੱਤੀਆਂ ਹੋਈਆਂ ਸੀ। ਇੱਥੇ ਵੀ ਪੁੱਛੋ ਵਿੱਚ ਵੀ ਕਾਰੋਬਾਰ ਲੋਕ ਮੰਗ ਕੇ ਲੈ ਕੇ ਜਾਂਦੇ ਦਾਤਾਂ। ਕਿਉਂ ਮੰਗਦੇ? ਇੱਥੋਂ ਇਹਨਾਂ ਨੇ ਨਾਮ ਜਪਿਆ ਸੀ। ਕੋਈ ਨਾਮ ਜਪੇਗਾ ਤਾਂ ਸਭ ਕੁਝ ਪ੍ਰਾਪਤ ਹੋਏਗਾ, ਉਸ ਤਰ੍ਹਾਂ ਨਹੀਂ ਹੋਣਾ। ਅਸੀਂ ਘਰਾਂ 'ਚ ਦੇਖਦੇ ਲੋਕਾਂ ਨੂੰ, ਕੀਰਤਨ ਹੁੰਦਾ ਹੈ, ਸਤਸੰਗ ਹੁੰਦਾ ਹੈ, ਉਹ ਸਤਸੰਗ 'ਚ ਬੈਠਦੇ ਹੀ ਨਹੀਂ। ਗੁਰਦੁਆਰਿਆਂ ਵਿੱਚ ਦੇਖਦੇ ਆ ਲੋਕ ਸਤਸੰਗ 'ਚ ਨਹੀਂ ਬੈਠਦੇ, ਲੰਗਰਾਂ 'ਚ ਵੜ ਜਾਂਦੇ ਆ, ਲੰਗਰਾਂ ਨੂੰ ਭੱਜ ਭੱਜ ਕੇ ਆਉਂਦੇ ਆ। ਕਈ ਲੋਕ ਤਾਂ ਇੱਥੇ ਪੁੱਛੋ ਲੰਗਰ 'ਚ ਸੇਵਾ ਕਰਦੇ ਆ, ਉਹਨਾਂ ਨੂੰ ਗੱਦੀ ਸਾਹਿਬ 'ਤੇ ਮੱਥਾ ਟੇਕਣਾ ਵੀ ਭਾਰਾ ਹੁੰਦਾ, ਲੰਗਰ 'ਚ ਉਹਨਾਂ ਤੋਂ ਕੜਛ ਮਰਵਾਲੋ ਸਾਰਾ ਦਿਨ, ਲੰਗਰ 'ਚ ਜਿੰਨੇ ਮਰਜ਼ੀ ਕਰ ਲੈਣ, ਉਹਨਾਂ ਨੂੰ ਪਾਠ ਕਰਨਾ ਔਖਾ ਏ, ਲੰਗਰ ਵਰਤਾਉਣੇ ਬਣਾਉਣੇ ਸੌਖੇ ਆ।
ਨਾਮ ਜਪਿਆ ਸੁੱਖ ਮਿਲਣੇ। ਜਿਹੜਾ ਸੰਗਤ ਵਿੱਚ ਬੈਠਦਾ ਸੀ ਹਿਸਾਬ ਲਾਇਆ ਉਹਨੂੰ ਤਾਂ 100% ਦਾਤ ਮਿਲਦੀ ਹੈ, ਅਤੇ ਜਿਹੜਾ ਇੱਧਰ ਉੱਧਰ ਝਾੜੂ ਮਾਰਦਾ ਭਾਂਡੇ ਮਾਂਜਦਾ ਹੈ ਸੰਗਤ 'ਚ ਨਹੀਂ ਬੈਠਦਾ, ਨਾਮ ਨਹੀਂ ਜਪਦਾ, ਸੁਖਮਣੀ 'ਚ ਨਹੀਂ ਬੈਠਦਾ, ਉਹਨੂੰ 10-15-20% ਹੀ ਦਾਤ ਮਿਲਦੀ, 100 ਨਹੀਂ। 100% ਉਹਨਾਂ ਨੂੰ ਜਿਹੜੇ ਸੰਗਤ 'ਚ ਨਾਮ ਜਪਣ। ਘਰਦਿਆਂ ਨੂੰ ਦੇਖੀਦਾ ਉਹ ਰੋਟੀਆਂ ਬਣਾਉਣਗੇ, ਹੋਰ ਕੰਮ ਕਰੀ ਜਾਣਗੇ, ਸੰਗਤ 'ਚ ਬਹਿਣਾ ਔਖਾ ਹੁੰਦਾ ਪਹਾੜ 'ਚ। ਆ ਦੋ ਮਾਈਆਂ ਭੱਜੀਆਂ ਜਾਂਦੀਆਂ ਸੀ ਘਰ ਨੂੰ, ਉੱਥੋਂ ਤਾਂ ਸਾਡੀ ਜ਼ਮੀਨ ਲੈ ਲੈ ਕੇ ਬੇਨਤੀਆਂ ਕਰ ਕਰਕੇ ਜੀ ਅਸੀਂ ਪੁੱਛੋ ਦੇ ਨੇੜੇ ਆਉਣਾ। ਉੱਥੋਂ ਤਾਂ ਪਤਾ ਨਹੀਂ ਕਿੰਨੀ ਵਾਰ ਇਹਨਾਂ ਨੇ ਬੇਨਤੀਆਂ ਕੀਤੀਆਂ, ਬਾਬਾ ਜੀ ਸਾਡੀ ਉੱਥੇ ਜ਼ਮੀਨ ਲੈ ਲਓ, ਅਸੀਂ ਇੱਥੇ ਤੁਹਾਡੇ ਨੇੜੇ ਆਉਣਾ। ਅਸੀਂ ਉਹਨਾਂ ਨੂੰ ਨੇੜੇ ਜਗ੍ਹਾ ਦੇ ਤੀ, ਉੱਥੇ ਅਸੀਂ ਲੈ ਲਈ, ਸਕੂਲ ਬਣਾ ਲਿਆ ਇੱਥੇ। ਹੁਣ ਅਸੀਂ ਆਏ ਹਾਂ ਦੇ ਘਰ ਦੇ ਨੇੜੇ, ਤਾਂ ਭੱਜੀ ਜਾਂਦੀ ਸੀ ਘਰ ਨੂੰ, ਘਰ ਨੂੰ ਭੱਜੀ ਜਾਵੇ ਉੱਧਰ। ਇੱਥੇ ਤਕਲੀਫ ਹੁੰਦੀ ਸੰਗਤ 'ਚ, ਬਸ ਵੱਡੀ ਚੀਜ਼ ਇਹ ਆ, ਇਹ ਭਗਤੀ ਜਿਹੜੀ ਇਹ ਕਰਨੀ ਸੌਖੀ ਨਹੀਂ ਹੁੰਦੀ। ਉੱਥੇ ਪਤਾ ਨਹੀਂ ਸੁਖਮਣੀ ਜੀ ਜਾਂਦੇ ਹੋਣਗੇ ਕਿ ਨਹੀਂ ਜਾਂਦੇ ਹੋਣਗੇ। ਸੋਚਣਾ ਬੜਾ ਸੌਖਾ ਹੈ, ਕਰਨਾ ਬਹੁਤ ਔਖਾ ਹੈ। ਮੈਂ ਕਿਹਾ ਇੱਥੇ ਮਾਈ ਤੇਰੇ ਨੇੜੇ ਅਸੀਂ ਆਏ ਹਾਂ, ਅਸੀਂ ਰਾਹ 'ਚ ਬੈਠੇ ਤਾਂ ਤੂੰ ਚੁੱਪ ਕਰਕੇ ਭੱਜੀ ਜਾਣੀ, ਨਾ ਸਿਰ ਨੂੰ ਆਇਆ, ਨਾ ਫਤਿਹ ਬੁਲਾਈ, ਨਾ ਇਵੇਂ ਭੱਜੀ ਜਾਵੀ ਚੋਰ ਭੱਜਦੇ ਆ। ਮੈਂ ਕਿਹਾ ਉੱਥੇ ਬੈਠੋ ਸੰਗਤ 'ਚ, ਤੁਹਾਡੇ ਨੇੜੇ ਆਏ ਹਾਂ, ਇੱਥੇ ਸਤਸੰਗਤ ਦਾ ਲਾਭ ਉਠਾਓ। ਆ ਇੱਕ ਪਰਿਵਾਰ ਸੀ, ਉਹ ਆ ਗਿਆ, ਕਹਿੰਦੇ ਵੀ ਅਸੀਂ ਕਿਹਾ ਵੀ ਸੋਨਾ ਤਾਂ ਰੋਜ਼ ਹੀ ਹੈ, ਬਾਬਾ ਜੀ ਆ ਰਹੇ ਅਤੇ ਅਸੀਂ ਚੱਲਦੇ ਹਾਂ ਭਾਈ, ਉੱਥੇ ਸੋਨਾ ਤਾਂ ਆਪਾਂ ਰੋਜ਼ ਹੀ, ਆਪਾਂ ਚੱਲਦੇ ਉੱਥੇ ਸੰਗਤ 'ਚ, ਇੱਥੇ ਬੈਠੇ ਜਦੋਂ ਸਤਸੰਗ ਹੋਵੇ, ਨਾਮ ਜਪੋ, ਸੁਖਮਣੀ ਕਰੋ, ਸੰਗਤ ਨਾਲ ਕਰੋ, ਰਜੇਵੇਂ ਘੱਟ ਕਰੋ। ਬਾਬਾ ਜੀ ਨੇ, ਬਾਬਾ ਖੇਮ ਸਿੰਘ ਜੀ ਮਹਾਰਾਜ ਨੇ ਸੰਗਤ ਕਰਦੀ ਸੀ ਸੁਖਮਣੀ ਦਾ ਪਾਠ ਘਰਾਂ 'ਚ। ਬਾਬਾ ਜੀ ਕਹਿੰਦੇ ਸਾਰਾ ਕੁਝ ਬੰਦ ਕਰੋ, ਘਰਦਿਆਂ ਨੂੰ ਤਾਂ ਲਾ ਦਿੰਦੇ ਜੀ ਸਮੋਸੇ ਬਣਾਓ, ਪਕੌੜੇ ਬਣਾਓ, ਰੋਟੀਆਂ ਬਣਾਓ, ਕਹਿੰਦੇ ਕੋਈ ਨਹੀਂ, ਇਕੱਲਾ ਚਾਹ ਪਾਣੀ ਪੀ ਕੇ ਆ ਜਾਣਾ ਪਾਠ ਕਰਕੇ। ਮਤਲਬ ਸੀ ਵੀ ਉਹਨਾਂ ਨੂੰ ਰੋਟੀਆਂ ਦੇ ਜਿੰਨਾ ਰੋਲਦੇ ਆ ਜੀ, ਪਕੌੜਿਆਂ 'ਚ ਨਾ ਰੋਲਦੇ ਆ ਜੀ, ਸੁਖਮਣੀ ਕਰਨ ਜਾਣਾ ਉਹਨਾਂ ਦੇ ਘਰੇ, ਉਹਨਾਂ ਨੂੰ ਨਾਲ ਬਿਠਾਓ, ਸੁਖਮਣੀ ਨਹੀਂ ਉਹਨਾਂ ਨੂੰ ਲੱਭਣੀ, ਬਾਕੀ ਤਾਂ ਲੱਭੀ ਜਾਣਗੇ। ਸ਼ਹਿਰਾਂ 'ਚ ਸੋਸਾਇਟੀਆਂ ਬਣਦੀਆਂ, ਪਾਠ ਕਰਦੇ ਆ, ਬਸ ਢਿੱਡ ਭਰ ਕੇ ਹੀ ਆਉਂਦੇ ਆ, ਪਾਠ ਸਾਨੂੰ ਪਤਾ ਨਹੀਂ ਕਰਦੇ ਉਹ, ਕਿਸੇ ਨੇ ਅੱਧਾ ਕਰਨਾ, ਕਿਸੇ ਨੇ ਵਿੱਚ ਉੱਠ ਪੈਣਾ, ਕਿਸੇ ਇੱਧਰ ਭੱਜੇ। ਸਭ ਤੋਂ ਕਰਨੀ ਔਖੀ ਭਗਤੀ ਹੈ ਨਾਮ ਜਪਣਾ, ਜਿੰਨਾ ਕੀਤੀ ਸੀ ਦੇਖੋ, ਸੋਨੇ ਦੇ ਮਹਿਲ ਬਣਦੇ ਪਏ ਆ, ਦੁਨੀਆ ਝੁਕਦੀ ਹੈ, ਦਾਤਾਂ ਮੰਗਦੀ ਹੈ, ਹੋਰ ਕਿਸੇ ਘਰ 'ਚ ਨਹੀਂ ਰੰਗ ਭਾਗ ਲੱਗ ਗਏ। ਬਾਬੇ ਦਲ ਸਿੰਘ ਦਾ ਵੀ ਡੇਰਾ ਹੈ, ਨਾਲ ਕਿਲ੍ਹਾ ਸਾਹਿਬ ਵੀ ਹੈ,
ਪਰ ਬਾਬਾ ਜੀ ਦੀ ਭਗਤੀ ਵੱਡੀ ਸੀ ਬਾਬੇ ਮਹਾਨਾਮ ਸਿੰਘ ਦੀ। ਜਿੰਨੀ ਪੂਜਾ ਜਿੰਨੀਆਂ ਬਖਸ਼ਿਸ਼ਾਂ ਦਾਤਾ ਬਾਬਾ ਜੀ ਦੇ ਸਥਾਨ ਤੋਂ ਮਿਲਦੀਆਂ, ਉਹਨੇ ਕਿਲ੍ਹਾ ਸਾਹਿਬ ਤੋਂ ਬਾਬੇ ਦਾਸ ਸਿੰਘ ਤੋਂ ਨਹੀਂ ਮਿਲਦੀਆਂ। ਉਹਨਾਂ ਉਨੀ ਭਗਤੀ ਨਹੀਂ ਕੀਤੀ, ਉਹਨਾਂ ਉਨੀ ਬੰਦਗੀ ਨਹੀਂ ਕੀਤੀ, ਉੱਥੋਂ ਕੋਈ ਮੱਥਾ ਟੇਕਣ ਵੀ ਨਹੀਂ ਜਾਂਦਾ, ਦੂਰੋਂ ਦੂਰੋਂ ਲੋਕ ਆਉਂਦੇ ਆ, ਕੋਈ ਦਰਸ਼ਨ ਕਰਨ ਵੀ ਨਹੀਂ ਜਾਂਦਾ। ਬਾਬਾ ਜੀ ਨਿਰੰਕਾਰ ਸੀ, ਬਾਬਾ ਮਹਾਨਾਮ ਸਿੰਘ ਜੀ ਰੱਬ ਸੀ, ਅਤੇ ਨਾ ਹੀ ਬਾਬਾ ਖੇਮ ਸਿੰਘ ਜੀ ਘੱਟ ਸੀ। ਤੁਹਾਡੇ ਪਿੰਡ 'ਚ ਰਹੇ ਆ, ਨਾਮ ਜਪਾਉਂਦੇ ਰਹੇ ਆ, ਦਾਤਾ ਦਿੰਦੇ ਰਹੇ ਨੇ, ਬੜੇ ਬੜੇ ਵੱਡੇ ਵੱਡੇ ਅਵਸਰ ਬਣ ਗਏ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ, ਮੁੱਖ ਮੰਤਰੀ ਬਣ ਜਾਂਦੇ ਸੀ ਆਸ਼ੀਰਵਾਦ ਲੈ ਕੇ। ਬਾਬਾ ਜੀ ਦੇ ਘਰ ਆਉਣਾ, ਮੱਥਾ ਟੇਕਣਾ ਅਤੇ ਮੁੱਖ ਮੰਤਰੀ ਬਣ ਜਾਣਾ, ਮੰਤਰੀ ਬਣ ਜਾਣਾ, ਇਹਦੇ ਪੱਟੀ ਸਾਹਿਬ ਸੀ ਆਪਣੇ, ਉਹਨਾਂ ਨੇ ਬਾਬਾ ਜੀ ਦੀ ਮਰਿਆਦਾ ਪੂਰੀ ਰੱਖਣੀ, ਉਹਨਾਂ ਨੇ ਗੇਟ ਤੋਂ ਹੀ ਅਰਦਾਸ ਕਰ ਦੇਣੀ ਅਤੇ ਉਹਨਾਂ ਨੂੰ ਬਾਬਾ ਜੀ ਉੱਥੇ ਹੀ ਦਾਤ ਦੇ ਦਿੰਦੇ ਸੀ। ਨਾਮ ਸਿਮਰਨ ਭਗਤੀ 'ਚ ਸਮਾਂ ਕੱਢੋ, ਜ਼ਿਆਦਾ ਤੋਂ ਜ਼ਿਆਦਾ ਕਰੋ। ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਬਹੁਤ ਕੁਝ ਰੱਬ ਦੇ ਨਾਮ 'ਚੋਂ ਮਿਲੇਗਾ। ਸੁਖਮਣੀ ਦਾ ਪਾਠ ਸ਼ੁਰੂ ਕਰ ਦਿਓ, ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿਓ, ਮਾਲਾ ਸ਼ੁਰੂ ਕਰ ਲਓ, ਕਿਹੜਾ ਕੰਮ ਨਹੀਂ ਹੁੰਦਾ। ਨਾਮ ਜਪਣ ਨਾਲ ਕਿਹੜਾ ਨਹੀਂ ਹੁੰਦਾ। ਕਿਹੜਾ ਫਲ ਨਹੀਂ ਮਿਲਦਾ ਨਾਮ ਜਪੇ। ਨਾਮ ਜਪ ਜਪ ਕੇ ਦਾਤਾਂ ਪ੍ਰਾਪਤ ਹੁੰਦੀ ਹੈ, ਨਾਮ ਜਪ ਜਪ ਕੇ ਗੇੜੇ ਦੇ ਗੇੜੇ ਕੱਢੀ ਜਾਓ, ਕਮਰਿਆਂ 'ਚ ਵੜ ਕੇ ਤੁਰ ਜਾਓ। ਸਾਡੇ ਨਾਲ ਆਉਂਦੇ ਆ ਬੀਬੀਆਂ ਦੇ ਭਾਈ, ਇਹਨਾਂ ਨੂੰ ਵੀ ਕਈ ਵਾਰੀ ਬੜਾ ਔਖਾ ਹੁੰਦਾ ਇੱਥੇ ਬਹਿਣਾ। ਜਿਹੜਾ ਕਰਨਾ ਝੜ ਸਤਸੰਗ, ਕੀਰਤਨ ਕਥਾ ਕਰੋ, ਫਿਰ ਤਾਂ ਸੁੱਖ ਮਿਲਦੇ ਆ। ਪਤਾ ਹੀ ਨਹੀਂ ਲੋਕਾਂ ਨੂੰ ਕਿ ਸੰਤਾਂ ਮਹਾਂਪੁਰਸ਼ਾਂ ਕੋਲ ਜਾਓ, ਉਹਨਾਂ ਦਾ ਬਚਨ ਕਮਾਓ, ਤੁਹਾਨੂੰ ਬਹੁਤ ਕੁਝ ਮਿਲੇਗਾ। ਬਚਨ ਮੰਨਣਾ ਨਹੀਂ ਜਾਣਦੇ, ਆਪਦੀ ਮੱਤ ਨੂੰ ਵੱਡਾ ਸਮਝਦੇ। ਰਾਜਾ ਗੰਗਾ ਸਿੰਘ ਸੀ, ਬੀਕਾਨੇਰ ਰਿਆਸਤ ਦਾ ਰਾਜਾ ਸੀ। ਇਹਦਾ ਜਿਹੜਾ ਬਾਪ ਸੀ ਉਹ ਧਰਮੀ ਰਾਜਾ ਸੀ। ਉਹਨੇ ਗਊਸ਼ਾਲਾ ਬਣਾਈ ਹੋਈ ਸੀ। ਸਵੇਰੇ ਪਹਿਲੋਂ ਉੱਠ ਕੇ ਬਾਪ ਜਿਹੜਾ ਸੀ ਉਹ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ ਕਰਦਾ ਸੀ।
ਹਿੰਦੁਸਤਾਨ 'ਚ ਇਹਨੂੰ ਗਊ ਮਾਤਾ ਮੰਨਿਆ ਗਿਆ। ਗਊ ਦੀ ਸੇਵਾ ਕਰਨੀ ਹਿੰਦੁਸਤਾਨ ਦੇ ਵਿੱਚ ਚੰਗਾ ਸਮਝਿਆ ਜਾਂਦਾ ਹੈ। ਗਊ ਨੂੰ ਘਰ 'ਚ ਰੱਖਣਾ ਵੀ ਕਈ ਲੋਕ ਬਹੁਤ ਚੰਗਾ ਸਮਝਦੇ ਆ। ਇਹਦਾ ਦੁੱਧ ਪੀਣਾ, ਘਿਓ ਖਾਣਾ, ਇੱਥੋਂ ਤੱਕ ਕਿ ਇਹਦਾ ਗੋਬਰ ਅਤੇ ਪਿਸ਼ਾਬ ਵੀ ਲੋਕ ਵਰਤਦੇ ਆ, ਦਵਾਈਆਂ 'ਚ ਵਰਤਦੇ ਆ। ਪਹਿਲੋਂ ਉਹਨਾਂ ਗਊ ਮਾਤਾ ਦੀ ਸੇਵਾ ਕਰਨੀ, ਸਾਰੀ ਗਊਸ਼ਾਲਾ 'ਚ ਰਾਜੀ ਨੇ। ਉਸ ਤੋਂ ਬਾਅਦ ਉਹਨੇ ਬਣਾਇਆ ਸੀ ਮੰਦਰ ਦੇਵੀ ਦਾ, ਭਵਾਨੀ ਦਾ। ਹਿੰਦੂ ਲੋਕ ਜਿਹੜੇ ਉਹ ਭਵਾਨੀ ਨੂੰ ਪੂਜਦੇ ਆ, ਦੇਵੀ ਨੂੰ ਪੂਜਦੇ ਆ। ਫਿਰ ਉਹਨੇ ਇਸ਼ਨਾਨ ਪਾਣੀ ਕਰਕੇ ਮੰਦਰ 'ਚ ਚਲੇ ਜਾਣਾ। ਮੰਦਰ 'ਚ ਸਾਰੀ ਪੂਜਾ ਕਰਨੀ, ਫੁੱਲ ਚੜਾਉਣੇ, ਆਰਤੀ ਕਰਨੀ, ਭਵਾਨੀ ਦੇ ਸ਼ਬਦ ਗਾਉਣੇ। ਇਹ ਉਹਦਾ ਧਰਮ ਸੀ। ਉਹ ਮਾਤਾ ਨੂੰ ਮੰਨਦਾ ਸੀ, ਦੇਵੀ ਮਾਤਾ ਨੂੰ। ਦੇਵੀ ਮਾਤਾ ਦਾ ਜਗਰਾਤਾ ਕਰਾਉਣਾ, ਲੋਕਾਂ ਨੂੰ ਬਿਠਾਉਣਾ, ਸਾਰੀ ਰਾਤ ਭਜਨ ਗਾਉਣੀ, ਸਾਧੂ ਸੰਤ ਆਉਣੇ, ਐਸਾ ਰਾਜਾ ਸੀ ਉਹ। ਅਤੇ ਰਾਜ ਭਾਗ ਉਹਦਾ ਬੜਾ ਵੱਧਦਾ ਗਿਆ, ਚੱਲਦਾ ਗਿਆ। ਅਤੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰਾ ਅੰਤ ਸਮਾਂ, ਮੇਰੀ ਮੌਤ ਹੋ ਜਾਣੀ ਹੈ। ਪੁੱਤਰ ਮੇਰਾ 9 ਸਾਲਾਂ ਦਾ ਹੀ। ਉਹਨੇ ਰੱਬ 'ਤੇ ਭਰੋਸਾ ਕਰਕੇ ਪੁੱਤਰ ਨੂੰ ਸਮਤ ਦਿੱਤੀ ਕਿ ਮੈਨੂੰ ਪਰਮਾਤਮਾ ਦਾ, ਰੱਬ ਦਾ ਹੁਕਮ ਹੈ, ਮੇਰੀ ਆਯੂ ਥੋੜ੍ਹੀ ਹੈ, ਅਤੇ ਬੇਟਾ ਰਾਜ ਭਾਗ ਤੂੰ ਸੰਭਾਲਣਾ, ਪਰ ਤੈਨੂੰ ਮੈਂ ਰਾਜ ਭਾਗ 'ਚ ਲਾਉਣ ਦਾ ਤਰੀਕਾ ਦੱਸਦਾ ਕਿ ਰਾਜ ਭਾਗ ਫੌਜਾਂ ਰੱਖਿਆ ਨਹੀਂ ਚੱਲਦੇ, ਰਾਜ ਭਾਗ ਅਸਲਾ ਬੰਦੂਕਾਂ ਰੱਖਿਆ ਨਹੀਂ ਚੱਲਦੇ, ਰਾਜ ਭਾਗ ਡੰਡੇ ਨਾਲ ਨਹੀਂ ਚੱਲਦੇ, ਰਾਜ ਭਾਗ ਦੂਜਿਆਂ ਦਾ ਰਾਜ ਖੋ ਕੇ ਨਹੀਂ ਵੱਡੇ ਰਾਜੇ ਬਣੀਦੇ, ਆਪਦੇ ਰਾਜ 'ਤੇ ਸਿਦਕ ਰੱਖੀਦਾ। ਬਹੁਤੇ ਰਾਜਿਆਂ ਦੀ ਭੁੱਖ ਹੁੰਦੀ ਸੀ ਵੀ ਦੂਜਾ ਰਾਜ ਵੀ ਕਬਜ਼ਾ ਕਰ ਲਓ, ਉਹਦਾ ਵੀ ਕਰ ਲਓ, ਉਹ ਮਾੜਾ ਉਹਦੇ 'ਤੇ ਵੀ ਰਾਜ ਭਾਗ ਉਹਦਾ ਵੀ ਲੈ ਲਓ, ਜਿਵੇਂ ਦੇਸ਼ ਲੜਦੇ ਫਿਰਦੇ। ਚੀਨ ਕਹਿੰਦਾ ਮੈਂ ਹਿੰਦੁਸਤਾਨ ਦੀ ਜਗ੍ਹਾ ਲੈ ਜਾਂ, ਪਾਕਿਸਤਾਨ ਕਹਿੰਦਾ ਮੈਂ ਸ਼੍ਰੀਨਗਰ ਲੈ ਜਾਂ, ਹਿੰਦੁਸਤਾਨ ਕਹਿੰਦਾ ਮੈਂ ਪਾਕਿਸਤਾਨ ਦੀ ਜਗ੍ਹਾ ਸੰਭਾਲ ਲਾਂ। ਇਹ ਲੋਕਾਂ ਦੀ ਭੁੱਖ ਹੈ। ਉਹਨੇ ਕਿਹਾ ਸੀ ਰਾਜ ਭਾਗ ਇਵੇਂ ਨਹੀਂ ਚੱਲਦੇ, ਰਾਜ ਭਾਗ ਚੱਲਦੇ ਆ ਰੱਬ ਦਾ ਨਾਮ ਲਿਆ, ਤਪ ਤੋਂ ਰਾਜ ਮਿਲਦੇ ਆ, ਰਾਜ ਤੋਂ ਨਰਕ ਮਿਲਦਾ ਹੈ। ਤੁਸੀਂ ਵੀ ਸੁਣ ਲਓ, ਜਿੰਨੇ ਲੋਕ ਜੇ ਘਰਬਾਰ ਪਰਿਵਾਰ ਵਾਲੇ, ਤੁਹਾਨੂੰ ਵੀ ਤਪੱਸਿਆ ਕਰਕੇ ਮਨੁੱਖ ਦੇਹੀ ਮਿਲੀ, ਨਹੀਂ ਤਾਂ ਹੋਰ ਜੂਨਾਂ ਵੀ ਹੈਗੀਆਂ ਸੀ, ਕਾਵਾਂ ਕੁੱਤਿਆਂ ਦੀਆਂ, ਸੱਪਾਂ ਦੀਆਂ, ਪਸ਼ੂਆਂ ਦੀਆਂ, ਬੈਲਾਂ ਦੀਆਂ, ਗਾਵਾਂ ਮੱਝਾਂ ਦੀਆਂ,
ਇਹ ਜੂਨੀ ਮਿਲ ਜਾਣੀ ਸੀ ਸਾਨੂੰ ਮਨੁੱਖਾਂ ਦੀ ਮਿਲੀ ਪੁੰਨਾ ਕਰਕੇ। ਕੋਈ ਚੰਗੇ ਪੁੰਨ ਕੀਤੇ, ਚੰਗਾ ਤਪ ਕੀਤਾ ਅਤੇ ਉਹ ਮੈਕ ਬੰਦ ਰੱਖਿਓ ਸੋਚ ਦਿੰਦੀ, ਸੋਚ ਬੰਦ ਦਿੰਦੀ। ਬੰਦ ਰੱਖਿਓ ਸੋਚਾਂ ਸਾਰੀ। ਸਾਰਾ ਕੁਝ ਭਗਤੀ ਨਾਲ ਮਿਲਣਾ ਹੈ। ਬਾਬਾ ਜੀ ਦੇ ਅਸੀਂ ਦੇਖਦੇ ਸੀ ਕਈ ਪਾਠੀ, ਕਈ ਰਾਗੀ, ਉਹ ਸੁਖਮਣੀ 'ਚ ਬਹਿੰਦੇ ਸੀ, ਆਣ ਕੇ ਕੀਰਤਨ 'ਚ ਬੈਠਦੇ ਸੀ। ਕੀਰਤਨ ਤਾਂ ਖੈਰ ਘੱਟ ਹੁੰਦਾ ਸੀ, ਕੀਰਤਨ ਦੀ ਤਾਂ ਹੁਣ ਮਰਿਆਦਾ ਸਾਰੀ ਚੱਲੀ। ਉਹ ਨਿਤਨੇਮ ਬਾਬਾ ਜੀ ਨੇ ਕਿਹਾ ਸੀ 2.5 ਘੰਟੇ ਦਾ ਨਿਤਨੇਮ ਕਰਨਾ ਪਾਠੀ ਨੇ, ਰੌਲਾ ਵੱਖਰੀਆਂ ਹੈ, ਉਹ ਨਹੀਂ ਗਿਣੀਆਂ। ਉਹ ਤਾਂ ਫਲ ਉਹਨਾਂ ਲੈ ਜਾਣਾ ਜਿਹਨਾਂ ਦੀ ਰੌਲਾ ਲਾਉਂਦੀ ਜੀ। ਅਸੀਂ ਬਾਜੇ ਖੋਲ੍ਹ ਕੇ ਲੋਕਾਂ ਨੂੰ ਤਾਂ ਮਤਾ ਦਿੰਦੇ ਹਾਂ, ਸਾਖੀ ਸੁਣਾਉਣੇ ਹਾਂ, ਆਪਦੀ ਬੰਦਗੀ ਨਹੀਂ ਕਿ ਸਵੇਰੇ ਉੱਠ ਕੇ ਮਾਲਾ ਫੜ ਲਈਏ, ਸੁਖਮਣੀ ਦੇ ਪਾਠ ਕਰ ਲਈਏ, ਇੰਨੇ ਇਹ ਤਾਂ ਨਹੀਂ ਖਜ਼ਾਨਾ ਹੈ, ਇੰਨੇ ਜਪਜੀ ਦੇ ਪਾਠ ਕਰ ਲਈ। ਲੋਕਾਂ ਨੂੰ ਉਪਦੇਸ਼ ਦੇਣੇ ਆ ਬਾਜੇ ਖੋਲ੍ਹ ਖੋਲ੍ਹ ਕੇ, ਬੜੀਆਂ ਸਾਖੀਆਂ ਸੁਣਾਉਣੀਆਂ, ਮਨ ਨੂੰ ਨਹੀਂ ਸੁਣਾਉਣੀ ਕੋਈ ਵੀ। ਮਨ ਨਾ ਬੋੜਾ ਹੈ। ਬਾਪ ਨੇ ਰਾਜ ਭਾਗ ਕੀਤਾ ਸੀ ਦੇਵੀ ਮਾਤਾ ਦੀ ਭਗਤੀ ਕਰਕੇ, ਸਵੇਰੇ ਸ਼ਾਮ ਦੇਵੀ ਦਾ ਮੰਦਰ ਬਣਾ ਕੇ, ਗਊਸ਼ਾਲਾ ਬਣਾ ਕੇ, ਫਿਰ ਗਰੀਬਾਂ ਨੂੰ ਵੰਡਣ ਦਾ ਉਹਨੇ ਰੱਖਿਆ ਸੀ। ਗਊ ਮਾਤਾ ਦੀ ਸੇਵਾ, ਦੇਵੀ ਦੀ ਭਗਤੀ, ਤੀਜਾ ਉਹਨੇ ਗਰੀਬਾਂ ਨੂੰ ਪਹਿਲ ਦਿੰਦਾ ਸੀ, ਜਿੰਨੇ ਗਰੀਬ ਹੈ ਲੋੜਵੰਦ ਉਹ ਆ ਜਾਓ ਸਾਰੇ, ਕੋਈ ਰਾਸ਼ਨ ਲੈਣ ਆਇਆ, ਕੋਈ ਕੋਈ ਚੀਜ਼ ਲੈਣ ਆਏ, ਕੋਈ ਰਾਜੇ ਅਤੇ ਕੋਈ ਉਹਨਾਂ ਨੂੰ, ਫਿਰ ਬਾਅਦ 'ਚ ਦਰਬਾਰ ਲਾਉਣਾ ਹੈ। ਦਰਬਾਰ ਲਾਉਣਾ ਤਾਂ ਪਹਿਲਾਂ ਗਰੀਬਾਂ ਨੂੰ ਸੱਦਣਾ ਹੈ ਕਿ ਗਰੀਬਾਂ ਦੀ ਜਿਹੜਾ ਸੁਣਦਾ ਹੈ ਉਹਦੇ ਰਾਜ ਭਾਗ ਚੱਲਦੇ ਆ। ਜਿਹੜਾ ਗਊ ਗਰੀਬ ਦੀ ਸੇਵਾ ਕਰੇਗਾ ਉਹਦੇ ਰਾਜ ਭਾਗ ਚੱਲਣਗੇ, ਜਿਹੜਾ ਗਊ ਗਰੀਬ ਨੂੰ ਮਾਰੇਗਾ ਉਹਦੇ ਰਾਜ ਭਾਗ ਨਸ਼ਟ ਹੋ ਜਾਣਗੇ। ਉਹਨੇ ਆਪਦੇ ਪੁੱਤਰ ਨੂੰ ਸੱਦ ਲਿਆ 9 ਸਾਲ ਦੇ ਨੂੰ ਕਿ ਬੇਟਾ ਹੁਣ ਰਾਜ ਤਿਲਕ ਤੈਨੂੰ ਦੇ ਦੇਣਾ। ਉਹਨੇ ਕਿਹਾ ਜੀ ਮੈਂ ਬੱਚਾ, ਮੈਂ ਰਾਜ ਕਿੱਥੋਂ ਕਰ ਲਾਂਗਾ। ਕਹਿੰਦਾ ਉਹ ਜਿਹੜਾ ਦੇਵੀ ਦਾ ਮੰਦਰ ਹੈ ਨਾ, ਦੇਵੀ ਮਾਤਾ ਹੈ, ਉਹਨੇ ਤੇਥੋਂ ਕਰਾਉਣਾ ਹੈ। ਗਊਆਂ ਦੀ ਸੇਵਾ ਕਰੇਗਾ ਤਾਂ ਰਾਜ ਤੇਰਾ ਚੱਲੇਗਾ। ਗਰੀਬਾਂ ਨੂੰ ਪਹਿਲਾਂ ਬੁਲਾ ਕੇ ਦੇਈ, ਜੋ ਮੰਗਣ ਆਇਆ ਉਹਨੂੰ ਨਿਰਾਸ਼ੇ ਦੀ ਮੋੜ ਨਾ ਦਰ ਤੂੰ। ਬੱਸ ਦੇ ਘਰਾਂ 'ਚ ਭਿਖਾਰੀ ਆਉਂਦੇ, ਉਹਨਾਂ ਨੂੰ ਨਹੀਂ ਮੋੜਨਾ। ਗਊ ਗਰੀਬ ਦੀ, ਭਿਖਾਰੀ ਦੀ ਪਹਿਲੋਂ ਉਹਦੀ ਲੋੜ ਪੂਰੀ ਕਰਨੀ। ਤੇਰਾ ਘਰ ਵੱਸਦਾ ਹੈ ਹੋਰ ਵੱਸੇ,
ਰੱਬ ਨੇ ਦਾਤਾਂ ਦਿੱਤੀਆਂ ਦਾਨ ਕਰ ਹੁੰਦੀ ਸ਼ੁ ਗਰੀਬਾਂ ਨੂੰ ਦੇ ਭੜਾ ਕਰ ਜਿੰਦਾ ਕਰ ਸਕਦਾ ਪੜ੍ਹ ਲੋ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਹਰੇ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਜੁਗਾਦ ਸੱਚ ਹੈਪੀ ਇੱਕ ਓਂਕਾਰ ਸਤਨਾਮ ਬਹੁ ਨਿਰਭੈ ਸਾਡੇ ਮਹਾਂਪੁਰਸ਼ਾਂ ਕੋਲ ਸੀ ਸੇਵਾਦਾਰ ਉਹਨਾਂ ਨੂੰ ਸ਼ੌਂਕ ਹੁੰਦਾ ਸੀ ਵੀ ਸੋਹਣੀਆਂ ਪੱਗਾਂ ਬੰਨੋ ਸੋਹਣੇ ਚੋਲੇ ਪਾਓ ਕੀਰਤਨ ਕਰ ਲਓ ਪਾਠ ਕਰ ਲਓ ਇੰਨਾ ਸ਼ੌਂਕ ਹੁੰਦਾ ਸੀ ਉਹਨਾਂ ਨੂੰ ਅਤੇ ਚੰਗਾ ਵਧੀਆ ਖਾਣਾ ਖਾਓ ਤੜਕਾ ਤੁੜਕਾ ਲਾ ਕੇ ਅਤੇ ਮੇਰੇ ਮਨ ਦਾ ਸ਼ੌਂਕ ਹੁੰਦਾ ਸੀ ਕਿ ਸੇਵਾ ਕਰਨੀ ਹੈ ਮਿਸਤਰੀਆਂ ਨਾਲ ਵੀ ਲੱਗ ਜਾਣਾ ਟੋਕਰੇ ਵੀ ਚੱਕਣੇ ਭਾਂਡੇ ਵੀ ਮਾਂਜਣੇ ਲੰਗਰ ਵੀ ਤਿਆਰ ਕਰਨੇ ਹਰ ਚੀਜ਼ ਦੀ ਸੇਵਾ ਕਰਨੀ ਪ੍ਰਸ਼ਾਦਾ ਮਿਸਤਰੀਆਂ ਨੂੰ ਮਜ਼ਦੂਰਾਂ ਨੂੰ ਸਭ ਨੂੰ ਛਕਾ ਕੇ ਫਿਰ ਛਕਣਾ ਉਹਨਾਂ ਦੇ ਨਾਲ ਕੰਮ ਵੀ ਕਰਨਾ ਪੈੜ ਅਤੇ ਸੀਮਿੰਟ ਦਾ ਸਾਰਾ ਕੀਰਤਨ ਵੀ ਕਰਨਾ ਪਾਠ ਵੀ ਕਰਨਾ ਗੁਰੂ ਸਾਹਿਬ ਦੀ ਸੇਵਾ ਵੀ ਕਰਨੀ ਜਦੋਂ ਸਾਡਾ ਜਨਮ ਹੀ ਇਸ ਵਾਸਤੇ ਹੈ ਆ ਘਰਾਂ 'ਚ ਲੋਕ ਰਹਿੰਦੇ ਆ ਇਹਨਾਂ ਨੇ ਘਰ ਵੀ ਬਣਾਏ ਪਸ਼ੂ ਵੀ ਸੰਭਾਲਦੇ ਆ ਪੱਠੇ ਵੀ ਬੀਜਦੇ ਆ ਸਾਰੇ ਕੰਮ ਕਰਦੇ ਬੰਦ ਹੀ ਰਹਿਣ ਦੇ ਹਵਾ ਨਹੀਂ ਆਊਗੀ ਕੁੰਡੀ ਲਾ ਦਿਓ ਤੂੰ ਬੰਦਗੀ ਜਿੰਨੀ ਹੁੰਦੀ ਭਾਈ ਸੇਵਾ ਸਿਮਰ ਤੁਹਾਡੇ ਪੱਲੇ ਪੈਣਾ ਬਹੁਤਿਆਂ ਨੂੰ ਅਸੀਂ ਵੇਖਦੇ ਹਾਂ ਖਾ ਕੇ ਭਾਂਡੇ ਸਿੱਟਦੇ ਆ ਸਾਨੂੰ ਬਾਬਾ ਜੀ ਦੀ ਸਮਤ ਸੀ ਆਪਦੇ ਭਾਂਡੇ ਅਸੀਂ ਮਾਂਜ ਕੇ ਰੱਖਣੇ ਭੋਗ ਵਾਲਾ ਥਾਲ ਮਾਂਜ ਕੇ ਰੱਖਣਾ ਆਪਦੇ ਭਾਂਡੇ ਆਪ ਮਾਂਜਣੇ ਆਪਦੇ ਹੀ ਘੱਟ ਤੋਂ ਘੱਟ ਮਾਂਜ ਲਓ ਇਹਨਾਂ ਤਾਂ ਖਾ ਪੀ ਕੇ ਭਾਂਡੇ ਚੱਕ ਕੇ ਮਾਰਨੇ ਆ ਅਤੇ ਕਹਿਣਾ ਸੀ ਰਾਗੀ ਪਾਠੀ ਹੈ ਜੀ ਭਾਂਡੇ ਵੀ ਨਹੀਂ ਮਾਂਜਣੇ ਆਪਦੇ ਲੰਗਰ 'ਚ ਵੀ ਨਹੀਂ ਸੇਵਾ ਕਰਨੀ ਦੂਜੀ ਵੀ ਨਹੀਂ ਸੇਵਾ ਕਰਨੀ ਵਾਧਾ ਕਾਹਦੇ ਨਾਲ ਹੋਏਗਾ ਪੁੰਨਾਂ ਦਾ ਸਾਖੀਆਂ ਤਾਂ ਸੁਣਾਵਾਂਗੇ ਭਾਈ ਮੰਝ ਦੀਆਂ ਭਾਈ ਬਹਿਲੋ ਦੀਆਂ ਬਾਬਾ ਬੁੱਢਾ ਜੀ ਦੀਆਂ ਉਹ ਹੈਗੇ ਕਿਹੋ ਜਿਹੇ ਸੀ ਬਾਬਾ ਦੀਪ ਸਿੰਘ ਦੀਆਂ ਬਾਬੇ ਨੰਦ ਸਿੰਘ ਦੀਆਂ ਬਾਬੇ ਈਸ਼ਰ ਉਹ ਕਿਹੋ ਜਿਹੇ ਸੀ ਜਿੰਨਾ ਅਸੀਂ ਪਾਠ ਪੂਜਾ ਕਰਦੇ ਹਾਂ ਉਨਾ ਅਸੀਂ ਸੁੱਖ ਹੰਡਾਉਣੇ ਹਾਂ
ਉਹਨਾਂ ਖਾਣੇ ਪੀਣੇ ਮੌਜਾ ਮਾਣਦੇ ਆ, ਸਾਡਾ ਸਾਹਿਬ ਤਾਂ ਗਿਆ ਫਿਰ ਪੱਲੇ ਕੀ ਰਿਹਾ, ਪੱਲੇ ਕੀ ਰਹਿ ਗਿਆ, ਜਿਹੜਾ ਪਾਠ ਕੀਰਤਨ ਕੀਤਾ ਉਹ ਲੈ ਗਏ ਰੋਟੀਆਂ ਨੇ। ਬਾਬਾ ਜੀ ਨੇ 2:30 ਵਜੇ ਪਾਠੀਆਂ ਰਾਗੀਆਂ ਨੂੰ ਉਠਾਇਆ, 12:30 ਵਜੇ 12:30 ਆਪ ਉੱਠਦੇ ਸੀ, 2:30 ਵਜੇ ਰਾਗੀਆਂ ਪਾਠੀਆਂ ਨੂੰ, ਸਾਰੇ ਇਸ਼ਨਾਨ ਕਰਕੇ ਕੀਰਤਨ 'ਚ ਆ ਜਾਓ, ਕਿਸੇ ਨੂੰ ਲਿਆਜ ਨਹੀਂ ਸੀ, ਕਿਸੇ ਨੂੰ ਛੋੜ ਨਹੀਂ ਸੀ, 3:00 ਵਜੇ ਸੁਰ ਛੱਡਣ ਦੀ ਅਤੇ ਸਾਰੇ ਬੈਠੇ ਹੋਣ, ਆਪ ਵੀ ਬੈਠੇ ਹੁੰਦੇ ਸੀ। 6:30 ਭੋਗ ਪਾਉਣਾ, ਉਹਨਾਂ ਨੂੰ ਛੁੱਟੀ ਦੇਣੀ, ਲੰਗਰ ਪਾਣੀ ਹਾਜ਼ਰੀ ਕਰ ਲਓ ਵੀ। ਨਾਨਕ ਸਰ ਸਵੇਰ ਦੀ ਪ੍ਰਸ਼ਾਦੇ ਦਾ ਨਾਂ ਹਾਜ਼ਰੀ ਹੈ। ਬਾਹਰ ਤਾਂ ਅਸੀਂ ਦੇਖਿਓ ਬ੍ਰੇਕਫਾਸਟ, ਲੰਚ, ਡਿਨਰ ਇਹੋ ਜਿਹਾ ਕੁਝ ਕਹਿੰਦੇ ਆ। ਬਾਬਾ ਜੀ ਦੇ ਘਰ ਵਿੱਚ ਸਵੇਰ ਦੇ ਪ੍ਰਸ਼ਾਦੇ ਦਾ ਨਾਂ ਹਾਜ਼ਰੀ ਵੀ, ਹਾਜ਼ਰੀ ਦਾ ਪ੍ਰਸ਼ਾਦਾ। ਹਾਜ਼ਰੀ ਉਹ ਛੱਕ ਸਕਦਾ ਜਿਹੜਾ ਹਾਜ਼ਰ ਰਿਹਾ ਸੀ, ਬਾਬਾ ਜੀ ਕਹਿੰਦੇ ਜਿਹੜਾ ਸਵੇਰੇ ਦੀਵਾਨ 'ਚ ਹਾਜ਼ਰ ਰਿਹਾ ਏ ਉਹਨੂੰ ਰੋਟੀ ਮਿਲਣੀ, ਦੂਜੇ ਨਹੀਂ। ਉਹਦਾ ਨਾਂ ਹਾਜ਼ਰੀ ਰੱਖਿਆ, ਉਹਦੇ ਨਾਲ ਸਜਾ ਹੁਣ ਹਾਜ਼ਰੀ ਦਾ ਪ੍ਰਸ਼ਾਦਾ। ਹੁਣ ਤਾਂ ਨਹੀਂ ਪਤਾ ਨਹੀਂ ਕਿਸ ਤਰ੍ਹਾਂ ਦੀ ਆਵਾਜ਼ ਨਿਕਲਦੀ, ਪਹਿਲਾਂ ਜਿਸ ਸਮੇਂ ਅਸੀਂ ਸੀ ਬਾਬਾ ਜੀ ਕੋਲ ਉਦੋਂ ਹਾਜ਼ਰੀ ਦਾ ਲੰਗਰ ਸੀ, ਹਾਜ਼ਰੀ ਦਾ ਪ੍ਰਸ਼ਾਦਾ, ਹਾਜ਼ਰੀ ਦਾ ਉਹਨਾਂ ਨੂੰ ਏ ਜਿਹੜੇ ਸਵੇਰ ਤੋਂ ਭਗਤ ਹਾਜ਼ਰੀ ਦਿੰਦੇ ਆ। ਇਹ ਨਹੀਂ ਜਿਹੜੇ ਧੰਨ ਬਾਬੇ ਵੇਲੇ ਆ ਗਏ ਅਤੇ ਹੁਕਮਨਾਮਾ ਸੁਣ ਲਿਆ ਜੀ, ਚਲੋ ਭਾਈ ਜੀ ਵਾਹਿਗੁਰੂ, ਅਸੀਂ ਗੁਰਦੁਆਰੇ ਮੱਥਾ ਟੇਕਣਾ ਹੀ ਸਮਝਣੇ ਵੀ ਇੰਨਾ ਕੋਈ ਧਰਮ ਹੈ ਕਿ ਗੁਰਦੁਆਰੇ ਮੱਥਾ ਟੇਕ ਲਓ, ਬਸ ਇੰਨਾ ਹੀ ਬਹੁਤ ਹੈ। ਸਕੂਲ ਵੀ ਜਾ ਕੇ ਮੱਥਾ ਟੇਕ ਆਇਓ, ਤੁਹਾਨੂੰ ਪੜ੍ਹਾਈਆਂ ਮਿਲ ਜਾਣਗੀਆਂ, ਦਫ਼ਤਰ 'ਚ ਵੀ ਮੱਥਾ ਟੇਕ ਆਇਓ, ਤੁਹਾਨੂੰ ਤਨਖਾਹਾਂ ਮਿਲ ਜਾਣਗੀਆਂ, ਪੁਲਿਸ ਵਾਲੇ ਵੀ ਪੁਲਿਸ ਡਿਊਟੀ 'ਚ ਮੱਥਾ ਟੇਕ ਆਇਓ, ਤੁਹਾਨੂੰ ਤਨਖਾਹਾਂ ਮਿਲ ਜਾਏ, ਕਿਸੇ ਨੂੰ ਨਹੀਂ ਮਿਲਣਾ ਕੋਈ। ਮੱਥਾ ਟੇਕ ਕੇ ਹਾਜ਼ਰੀ ਦੇ ਕੇ, ਹਾਜ਼ਰੀ ਲਾ ਕੇ ਆ ਜਾਏ ਮੈਡਮ ਚਲੀ ਜਾਏ, ਲੈ ਲਏਗੀ ਤਨਖਾਹਾਂ। ਹਾਜ਼ਰੀ ਲਾ ਕੇ ਬੱਚਾ ਆਵੇ, ਪੜ੍ਹ ਲਏਗਾ, ਪੜ੍ਹਾਈਆਂ ਕਰ ਲਏਗਾ, BMA ਕਰ ਲਏਗਾ। ਨਹੀਂ ਕੋਈ ਪ੍ਰਾਪਤ ਕਰ ਸਕਦਾ ਜਿਹੜਾ ਹਾਜ਼ਰੀ ਲਾ ਕੇ ਅਤੇ ਕੀਰਤਨ ਨਹੀਂ ਸੁਣਦਾ, ਪਾਠ ਨਹੀਂ ਕਰਦਾ, ਗੁਰਦੁਆਰੇ ਬੈਠਦਾ ਨਹੀਂ, ਸਾਖੀ ਨਹੀਂ ਸੁਣਦਾ, ਸੰਗਤ ਨਹੀਂ ਲੈਂਦਾ, ਸੇਵਾ ਨਹੀਂ ਕਰਦਾ, ਕਦੀ ਉਹਦੀ ਪੜ੍ਹਾਈ ਨਹੀਂ ਹੁੰਦੀ। ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਸੀ ਰੋਟੀਆਂ ਕਾਰਨ ਪੂਰੇ ਤਾਲ, ਬਸ ਤੁਹਾਡੇ ਤਾਂ ਰੋਟੀਆਂ ਦੇ ਵਾਸਤੇ ਤਬਲੇ ਵੱਜਦੇ ਆ, ਰੋਟੀਆਂ ਵਾਸਤੇ ਤੁਹਾਡੇ ਵਾਜੇ ਵੱਜਦੇ ਆ, ਰੋਟੀ ਚੰਗੀ ਖਾ ਲੈਣੀ ਹੈ, ਵਾਜਾ ਜੋੜੀ ਵਜਾ ਲੈਣਾ ਅਤੇ ਸਾਖੀਆਂ ਸੁਣਾਉਣੀਆਂ ਉਹ ਜਿਹੜੀਆਂ ਵੱਡੇ ਵੱਡੇ ਮਹਾਂਪੁਰਸ਼ਾਂ ਦੀਆਂ। ਪਹਿਲਾਂ ਆਪਣੇ 'ਤੇ ਟਿਕਾਓ, ਆਪਦਾ ਜੀਵਨ ਬਣਾਓ। ਸਰੀਰ ਕਰਕੇ ਹੁਣ ਨਹੀਂ ਇੰਨਾ ਕੁਝ ਹੁੰਦਾ, ਫਿਰ ਰਾਤ ਦੀ ਰਹਿਣ ਸਬਾਈ ਕਰਕੇ ਦਿਨੇ ਆਰਾਮ ਕਰਨਾ ਪੈਂਦਾ, ਨਹੀਂ ਤਾਂ ਵਿਹਲਾ ਸਮਾਂ ਬਾਬਾ ਜੀ ਦੇ ਚਰਨਾਂ ਲੜਦਾ ਸੀ ਵੀ ਵਿਹਲੇ ਕਿਉਂ ਅਸੀਂ। ਸਵੇਰੇ ਉੱਠ ਕੇ ਕੀਰਤਨ ਕਥਾ ਕਰ ਲਿਆ 2:30-3 ਵਜੇ ਉੱਠ ਕੇ, ਫਿਰ ਉਸ ਤੋਂ ਬਾਅਦ ਤਕਲੀਫ ਹੋਣੀ ਵੀ ਅਸੀਂ ਵਿਹਲੇ ਕਿਉਂ।
ਜਾਂ ਤਾਂ ਲੰਗਰ ਵੱਲ ਚੱਲੀਏ, ਜਾਂ ਸੇਵਾ 'ਤੇ ਕਰੀਏ, ਜਾਂ ਸੇਵਾ ਕਰਾਈਏ, ਜਾਂ ਸੰਗਤ ਨੂੰ ਲਾਈਏ, ਇਵੇਂ ਧਨ ਇਕੱਠਾ ਹੁੰਦਾ ਇਹਦੇ ਫਿਰ ਥਾਂ ਪੁੱਛੋ ਪੁੱਛੋ ਵਰਗੇ ਥਾਂ ਮਿਲੇ, ਨਹੀਂ ਤਾਂ ਇੱਥੇ ਰਹਿਣਾ ਨਾ ਮਿਲਦਾ। ਇੰਨੇ ਵੱਡੇ ਦਰਬਾਰ ਵਿੱਚ ਇਹਦੇ ਵੜਨ ਦੀ ਆਗਿਆ ਨਾ ਹੁੰਦੀ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਕੌਣ ਅਣਕ ਬਾਣ ਲੜਾਈਏ, ਕਮਾਈਆਂ ਕਰ ਲਓ। ਲੋਕ ਬਾਹਰ ਜਾਂਦੇ ਆ, ਲੱਭਦੇ ਫਿਰਦੇ ਆ ਉੱਥੇ ਕੰਮ, ਕੰਮ ਮਿਲ ਜੇ, ਕੰਮ ਮਿਲ ਜੇ, ਬਾਬਾ ਜੀ ਸਾਨੂੰ ਕੰਮ ਮਿਲ ਜੇ, ਪਾਠ ਕਰਾਉਂਦੇ ਆ ਜੀ ਸਾਨੂੰ ਕੰਮ ਮਿਲ ਜੇ। ਉਹ ਕੰਮ ਨੂੰ ਨਹੀਂ ਲੋਚਦੇ, ਅਸਲ ਵਿੱਚ ਪੌਂਡਾਂ ਨੂੰ ਲੋਚਦੇ, ਪੌਂਡ ਮਿਲਦੇ ਆ ਉੱਥੇ, ਕੰਮ ਦਾ ਪੈਸਾ ਬਹੁਤ ਮਿਲਦਾ, ਫਿਰ ਉਹ ਉੱਥੇ ਕਮਾਈ ਕਰਦੇ ਆ। ਕਈ ਕਈ ਘੰਟੇ ਕੰਮ ਕਰਦੇ, ਕਈ ਵਾਰ ਸਾਡੇ ਤੋਂ ਵੀ ਭੱਜ ਜਾਂਦੇ ਆ ਕਿ ਬਾਬਾ ਜੀ ਕੰਮ ਤੋਂ ਮੈਨੂੰ ਕੱਢ ਦੇਣਗੇ, ਅਤੇ ਮੈਂ ਕੰਮ 'ਤੇ ਜ਼ਰੂਰੀ ਜਾਣਾ। ਕੁੜੀਆਂ ਮੁੰਡੇ ਕਿੰਨਾ ਕੰਮ ਮਿਲ ਜੇ, ਇਹ ਕੁੜੀ ਦੇ ਮਾਂ ਬਾਪ ਉੱਥੇ ਮਿਲੀ ਮੈਨੂੰ, ਕਹਿੰਦੀ ਮੇਰੇ 35 ਲੱਖ ਲਾਇਆ ਮੇਰੇ ਮਾਂ ਪਿਓ ਨੇ, ਛੋਟੀ ਜਿਹੀ ਸੀ ਅਜੇ, ਅਤੇ ਹੁਣ ਮੈਂ 35 ਲੱਖ ਪਹਿਲਾਂ ਮੋੜਨਾ। ਮੈਨੂੰ ਇਹੀ ਲੱਗੀ ਹੋਈ ਵੀ ਮੇਰੇ ਮਾਂ ਪਿਓ ਨੇ ਜਿਹੜਾ ਲਾਇਆ ਨਾ, ਮੈਂ ਤਾਂ ਵਾਪਸ ਕਰਨਾ। ਉਹਨੂੰ ਕਿਧਰੋਂ ਵੀ ਫੋਨ ਆ ਜਾਣ, ਐਤਵਾਰ ਨੂੰ ਡਾਲਰ ਜ਼ਿਆਦਾ ਮਿਲਦੇ ਆ, ਜੇ ਘੰਟੇ ਦੇ 25 ਮਿਲਣੇ ਤਾਂ 30 ਮਿਲਦੇ, 40 ਮਿਲਦੇ ਆ। ਉਹ ਐਤਵਾਰ ਨੂੰ ਉਹਨੇ ਕੰਮ ਜ਼ਰੂਰ ਕਰਨਾ, ਰਾਤ ਦੇ ਸਮੇਂ ਵੀ ਉਹਨੂੰ ਕਦੋਂ ਵੀ ਫੋਨ ਆ ਜਾਣਾ ਤਾਂ ਭੱਜੀ ਰਹਿੰਦੀ ਕੰਮ ਕਰਨ 'ਤੇ। ਕਹਿੰਦੀ ਜੀ 6 ਮਹੀਨਿਆਂ 'ਚ ਮੈਂ 35 ਲੱਖ ਕਰ ਮੋੜਤਾ ਵਾਪਸ, ਹੁਣ ਮੈਂ ਕਰ ਲੈਣਾ, ਹੁਣ ਮੈਂ ਆਪਣੀ ਪੜ੍ਹਾਈ ਦੇ ਪੈਸੇ ਵੀ ਕਰਨੇ ਆ, ਘਰ ਵੀ ਲੈਣਾ ਹੈ, ਆਪਦੇ ਵਿਆਹ ਸ਼ਾਦੀ ਦਾ ਵੀ ਇੰਤਜ਼ਾਮ ਕਰਨਾ, ਮੇਰੇ ਮਾਂ ਪਿਓ ਗਰੀਬ ਨੇ, ਮਿਸਤਰੀ ਨੇ, ਉਹਨਾਂ ਦਾ ਕਰਜ਼ਾ ਚੱਕ ਕੇ ਲੋਨ ਦਿੱਤਾ ਸੀ ਮੈਨੂੰ 35 ਲੱਖ, ਜਿਹੜਾ ਮੇਰੇ 'ਤੇ ਲੱਗਿਆ ਸਾਰਾ, ਮੇਰੀ ਪੜ੍ਹਾਈ 'ਤੇ, ਮੇਰੇ ਆਉਣ ਜਾਣ 'ਤੇ, ਉਹ ਲਾਇਆ ਸਾਰਾ ਆਪ, ਉਹ ਆਪਦਾ ਘਰ ਘੁਰ ਬਣਾਉਣ, ਅਤੇ ਹੁਣ ਸਾਰਾ ਕੁਝ ਕਰਦੀ ਪਈ। ਇਵੇਂ ਸਾਰੇ ਬੱਚੇ ਮਿਹਨਤ ਕਰਕੇ ਬਣਾਉਂਦੇ ਆ ਘਰ, ਫਿਰ ਇੱਧਰ ਆਣ ਕੇ ਬਾਹਾਂ ਮਾਰਦੇ ਆ ਕਿ ਮੈਂ ਕੈਨੇਡਾ 'ਚ ਆਇਆ, ਇੰਗਲੈਂਡ 'ਚੋਂ ਆਇਆ, ਅਮਰੀਕਾ 'ਚੋਂ ਆਇਆ ਜੀ, ਟੈਜੀ ਕਿਸ ਭਰ ਕੇ ਲਿਆਉਂਦੇ ਆ। ਵਲੈਤੀਆਂ ਦੀ ਜਦੋਂ ਗੱਡੀ ਆਉਂਦੀ ਉੱਤੇ ਛੱਤ ਭਰੀ ਹੁੰਦੀ ਵੱਡੇ ਵੱਡੇ ਟੈਚੀਆਂ ਨਾਲ, ਉਹ ਭਰ ਭਰ ਕੇ ਸਮਾਨ ਲਿਆਉਂਦੇ ਰਿਸ਼ਤੇਦਾਰਾਂ ਭੈਣਾਂ ਭਾਈਆਂ ਵਾਸਤੇ। ਹੁਣ ਤਾਂ ਕਾਟੇ ਪਹਿਲੇ ਤਾਂ ਲੋਕ ਦੇਖਦੇ ਸੀ, ਸਾਰੇ ਰਿਸ਼ਤੇਦਾਰ ਕਣ ਚੱਕ ਲੈਂਦੇ ਸੀ ਵੀ ਸਾਡਾ ਫਲਾਣਾ ਚਾਚਾ ਤਾਇਆ ਭਤੀਜਾ ਜਾਂ ਕੋਈ ਵੀ ਬਾਹਰਲੇ ਦੇਸ਼ੋਂ ਆਇਆ ਅਤੇ ਸਾਡੇ ਵਾਸਤੇ ਕੋਈ ਲਿਆਇਆ ਹੋਏ। ਜੇ ਬਾਹਰ ਜਾ ਕੇ ਕੰਮ ਕਰ ਕਰਕੇ ਲੋਕ ਘਰ ਬਣਾਉਂਦੇ ਆ, ਕੋਠੀਆਂ ਬਣਾਉਂਦੇ ਆ, ਕਰਜ਼ੇ ਲਾਉਂਦੇ ਆ ਬਾਹਰਲੇ ਦੇਸ਼ਾਂ 'ਚ ਘਰ ਕੰਮ ਕਰਕੇ, ਕਿ ਰੋਟੀਆਂ ਖਾ ਕੇ ਘੁੰਮ ਫਿਰ ਕੇ, ਇੱਥੇ ਨਹੀਂ ਕੁਝ ਬਣਨਾ, ਖਾ ਪੀ ਕੇ ਰੋਟੀਆਂ ਖਾ ਕੇ ਘੁੰਮ ਫਿਰ ਕੇ ਸਾਡਾ ਨਹੀਂ ਕੁਝ ਬਣ, ਬਰਾਬਰ ਹੋ ਜਾਏਗਾ ਜਿੰਨਾ ਕੁ ਅਸੀਂ ਸੁੱਖ ਭੋਗੇ ਹਨ, ਓਨੀ ਸੇਵਾ ਨਾ ਹੋਵੇ ਮੇਥੋਂ
ਮੈਂ ਜਿੰਨਾ ਖਾਵਾਂ ਤੇਰਾ ਫਿਰ ਵੀ ਮੇਰੇ ਬਾਬਾ ਜੀ ਤੁਸੀਂ ਤੱਕੋ ਨਾ ਉਗਣ ਮੇਰਾ। ਜਿੰਨੀਆਂ ਮਿਹਰਾਂ ਤੇਰੀਆਂ ਹੋਈਆਂ ਮੈਂ ਨਹੀਂ ਸੀ ਇੰਨੇ ਜੋਗਾ। ਮੈਂ ਕੰਗਲਾ ਸੁੱਖ ਪਾਤਸ਼ਾਹੀਆਂ ਦੇ ਤੇਰੇ ਦਿੱਤੇ ਭੋਗਾਂ ਮਿਹਨਤ ਕਰ ਕਰਕੇ ਬਣਦੇ। ਜੇ ਸੁੱਤੇ ਰਹੋ ਮੌਜਾ ਲਈ ਜਾਓ ਤਾਂ ਫਿਰ ਕਿੱਥੋਂ ਬਣ ਜਾਣੇ ਘਰ ਬਾਰ ਜ਼ਮੀਨਾਂ ਜਾਇਦਾਦਾਂ ਵਿਖ ਜਾਣਗੀਆਂ ਲੱਗ ਜਾਣਗੀਆਂ ਲੇਖੇ। ਭਗਤੀ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਜਾਂ ਘਰ ਬਾਰ ਵੇਚੇਗਾ ਜਾਂ ਮਾਇਆ ਦੁਨੀਆਂ ਪਦਾਰਥਾਂ 'ਚ ਬੜੇ ਬੜੇ ਮੁਰੱਬੇ ਸਰਦਾਰਾਂ ਦੇ ਅਸੀਂ ਜਾਣਾ, ਉਹਨਾਂ ਨੂੰ ਕਹਿਣਾ ਭਾਈ ਕੋਈ ਪਾਠ ਕਰਿਆ ਕਰੋ, ਗੁਰਦੁਆਰੇ ਜਾਇਆ ਕਰੋ, ਸਿਮਰਨ ਕਰਿਆ। ਕਹਿੰਦੇ ਨਹੀਂ ਜੀ, ਆਹ ਹੀ ਗੁਰਦੁਆਰਾ। ਬੜੇ ਤਕੜੇ ਤਕੜੇ ਸਰਦਾਰ ਸੀ, ਇੱਧਰ ਸਾਰੇ ਜਾਂਦੇ ਸੀ ਸਭ ਥਾਵਾਂ 'ਤੇ। ਜੀ ਇਹਦਾ 100 ਕਿੱਲਾ, ਇਹਦਾ 200 ਕਿੱਲਾ, ਇਹਦਾ 250 ਕਿੱਲਾ, ਇਹਦੇ ਕੋਲ ਜੀ 500 ਕਿੱਲਾ ਜ਼ਮੀਨ ਹੈ। ਸਾਰਿਆਂ ਦੇ ਧੂੰਏ ਨਿਕਲਦੇ ਅਸੀਂ ਵੇਖੇ, ਵੇਖ ਰਹੇ ਹਾਂ, ਵੇਖੇ ਵੀ ਨੇ। ਬੱਚੇ ਨੇ ਸ਼ੈੜੀ ਹੋ ਗਏ, ਕਿੰਦੇ ਵਾਸਤੇ 250 ਕਿੱਲਾ? ਚੰਡੀਗੜ੍ਹ ਵਰਗੀਆਂ ਥਾਵਾਂ 'ਤੇ ਛੱਡੇ ਹੋਏ ਨੇ, ਮੁੰਡੇ ਪੜ੍ਹਦੇ ਆ ਗੰਗਾਨਗਰ 'ਤੇ, ਇੱਧਰ ਸਾਰੇ ਵਿਗੜੇ ਹੋਏ ਨੇ, ਲਫੰਗੇ ਬੜੇ ਹੋਏ ਆ, ਕਿਉਂਕਿ ਪੁੰਨ ਪਾਠ ਪੂਜਾ ਨਹੀਂ ਸੀ, ਜ਼ਮੀਨਾਂ ਹੀ ਜੋੜੀਆਂ, ਪੋਤੀ ਪੜ੍ਹਾਏ, ਕੋਠੀਆਂ ਹੀ ਬਣਾਈਆਂ, ਚੰਡੀਗੜ੍ਹ 'ਚ ਲੈ ਲਈਆਂ। ਕਰ ਲਓ ਖਾ ਲਓ, ਫਿਰ ਰੱਬ ਨਹੀਂ ਉਹ ਖਾਣ ਦਿੰਦਾ ਬਿਨਾਂ ਭਗਤੀ ਤੋਂ, ਰੱਬ ਨਹੀਂ ਜ਼ਮੀਨਾਂ ਦੇ ਸੁੱਖ ਭੋਗਣ ਦਿੰਦਾ ਬਿਨਾਂ ਭਗਤੀ ਤੋਂ। ਸਾਰਿਆਂ ਦੀਆਂ ਮਾਈਆਂ ਨੂੰ ਕੈਂਸਰ, ਬੰਦਿਆਂ ਦੀਆਂ ਕਿਡਨੀਆਂ ਫੇਲ, ਸਭ ਤਾਂ ਹੋਈ ਜਾ ਰਿਹਾ ਹੈ। ਵੱਡੇ ਵੱਡੇ ਸਰਦਾਰ ਨੇ ਮੁਕਤਸਰ ਦੇ, ਇੱਧਰ ਕੈਂਸਰ ਹੋ ਰਹੇ ਨੇ, ਗੁਰਦੇ ਫੇਲ ਹੋ ਰਹੇ, ਹਾਰਟ ਅਟੈਕ ਹੋ ਰਹੇ ਨੇ। ਇਹ ਬਿਨਾਂ ਬੰਦਗੀ ਤੋਂ ਇਹ ਹਾਲ ਹੀ ਹੋਣਾ ਹੀ ਹੋਣਾ, ਨਾਮ ਜਪੇ ਤੋਂ ਬਗੈਰ, ਸਿਮਰਨ ਕਰੇ ਤੋਂ ਬਗੈਰ। ਸੇਵਾ ਨਾ ਕੀਤੀ, ਸਿਮਰ ਨਾ ਭਗਤੀ ਨਾ ਕੀਤੀ, ਕਥਾ ਕੀਰਤਨ ਨਾ ਸੁਣਿਆ, ਨਹੀਂ ਸੁੱਖ ਭੋਗ ਸਕਦੇ ਅਸੀਂ। ਰੱਬ ਦੀ ਓਟ ਲਵੋ, ਤੁਹਾਨੂੰ ਸੰਭਾਲੇਗਾ। ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋਈ, ਵਾਹਿਗੁਰੂ ਦੀ ਓਟ ਲਵੋ, ਤੁਹਾਡੀ ਸੰਸਾਰ ਸੰਭਾਲੇਗਾ। 9 ਸਾਲ ਦੇ ਬੱਚੇ, ਬਾਪ ਨੇ ਕਿਹਾ ਵੀ ਰਾਜ ਜਿਵੇਂ ਚੱਲਣੇ ਆ ਨਾ, ਸਭ ਤੋਂ ਪਹਿਲਾਂ ਉੱਠ ਕੇ ਗਊਆਂ ਦੀ ਸੇਵਾ ਕਰੀ, ਫਿਰ ਦੇਵੀ ਮਾਤਾ ਦੀ ਕਰੀ ਭਗਤੀ, ਫਿਰ ਗਰੀਬਾਂ ਨੂੰ ਪਹਿਲ ਦੇਵੀ, ਰਾਜ ਚੱਲਣਗੇ। ਪਟਿਆਲੇ ਵਾਲੇ ਰਾਜੇ ਨੂੰ ਬਾਬਾ ਜੀ ਨੇ ਕਹਿਤਾ ਸੀ, ਭੁਪਿੰਦਰ ਸਿੰਘ ਨੂੰ ਆਉਂਦਾ ਸੀ ਇੱਥੇ, ਕਹਿੰਦੇ ਭੁਪਿਆ ਦੇਖ, ਤੇਰੇ ਜਿਹੜੇ ਵੱਡੇ ਪਿਓ ਸੀ, ਬਾਪ ਸੀ,
ਉਹਨਾਂ ਨੇ ਬਾਗ ਬਣਾਏ ਸੀ, ਮੋਤੀ ਮਹਿਲ ਬਣਾਇਆ ਸੀ, ਅਤੇ ਸਾਰਿਆਂ 'ਚ ਸੰਤਾਂ ਦੀਆਂ ਮੰਡਲੀਆਂ ਆਉਂਦੀਆਂ ਸੀ ਤੁਹਾਡੇ ਘਰ ਸਾਹਿਬ ਉਦੋਂ ਸਾਧੂਆਂ ਦੀਆਂ ਮੰਡਲੀਆਂ। ਅੱਜ ਤੋਂ ਜਦੋਂ ਮੈਂ ਛੋਟਾ ਹੁੰਦਾ ਸੀ 50 ਸਾਲ ਪਹਿਲਾਂ, ਮੰਡਲੀਆਂ ਮੈਂ ਆਪ ਦੇਖੀਆਂ, ਸੰਤਾਂ ਦੀਆਂ ਮੰਡਲੀਆਂ ਘੁੰਮਦੀਆਂ ਸੀ, ਨਿਹੰਗ ਸਿੰਘ ਛਾਉਣੀਆਂ ਲੈ ਕੇ ਘੁੰਮਦੇ ਸਨ, ਜਿੱਥੇ ਜਾ ਕੇ ਡੇਰਾ ਲਾ ਲੈਂਦੇ, ਚਲੋ ਲੋਕਾਂ ਦੀ ਸੇਵਾ ਭਗਤੀ ਹੋ ਜਾਂਦੀ ਸੀ। ਹੁਣ ਨਹੀਂ ਆਉਂਦੀਆਂ ਮੰਡਲੀਆਂ ਸਾਧੂਆਂ ਦੀਆਂ, ਤੁਹਾਡੇ ਰਾਜੇ ਦੇ ਕੋਲ ਮੰਡਲੀਆਂ ਆਉਂਦੀਆਂ ਸੀ 200-400 ਸਾਧੂ, ਅਤੇ ਕਹਿੰਦੇ ਰਾਜਾ ਤੂੰ ਤਾਂ 400 ਤੀਵੀਂ ਬਿਠਾਈ ਹੋਈ ਉੱਥੇ, ਜਿੱਥੇ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਸੀ ਨਾ, ਅੱਜ ਮੋਤੀ ਮਹਿਲ ਅਤੇ ਬਾਗ ਤੇਰੇ ਵਿੱਚ ਤੀਵੀਆਂ ਨੇ, ਤੂੰ ਉਹਨੇ ਸ਼ਾਦੀਆਂ ਬਹੁਤ ਕਰਾਈਆਂ ਸੀ। ਕੋਈ ਸੋਹਣੀ ਲੜਕੀ ਵੇਖਦਾ ਸੀ ਕਿਤੇ ਉਹਨੂੰ ਲੈ ਆਉਂਦਾ ਸੀ ਘਰ, ਪਰ ਇੱਕ ਧਰਮ ਰੱਖਦਾ ਸੀ, ਉਹਦੇ ਨਾਲ ਆਨੰਦ ਕਾਰਜ ਕਰਦਾ ਸੀ। 300-400 ਤੋਂ ਵੱਧ ਰਾਣੀਆਂ ਸੀ ਮਹਾਰਾਜਾ ਭੁਪਿੰਦਰ ਸਿੰਘ ਦੀਆਂ, ਉਹਨਾਂ ਕਿਹਾ ਸੀ ਤੂੰ ਇੰਨੀਆਂ ਤੀਵੀਆਂ ਬਿਠਾਈਆਂ, ਇਹ ਹੁਣ ਤੇਰਾ ਰਾਜ ਭਾਗ ਨਸ਼ਟ ਹੋਣਾ ਹੈ। ਇਹ ਮਹਾਂਪੁਰਖਾਂ ਦੇ ਸਦਕਾ ਸਦਕਾ ਵੱਸਦਾ ਸੀ, ਜਦੋਂ ਸੰਤ ਮੰਡਲੀਆਂ ਆਉਂਦੀਆਂ ਸੀ, 200-400 ਸਾਧੂ ਆਉਂਦਾ ਸੀ, ਭਜਨ ਕਰਦਾ ਸੀ, ਭਜਨ ਹੁੰਦੇ ਸੀ, ਜਗਰਾਤੇ ਹੁੰਦੇ ਸੀ, ਰਾਤ ਕੀਰਤਨ ਹੁੰਦੇ ਸੀ, ਤੇਰੇ ਮਹਿਲਾਂ ਦੇ ਵਿੱਚ ਸੇਵਾ ਰਾਣੀਆਂ ਵੀ ਕਰਦੀਆਂ ਸੀ ਮਹਾਂਪੁਰਖਾਂ ਦੀਆਂ, ਵਜ਼ੀਰ ਵੀ ਕਰਦੇ ਸੀ, ਸਾਰੇ ਅਹਿਲਕਾਰ ਵੀ ਕਰਦੇ ਸੀ, ਅਤੇ ਤੇਰੇ ਤੁਹਾਡੇ ਰਾਜ ਭਾਗ ਚੱਲੇ, ਇਹ ਗੁਰੂਆਂ ਦੇ ਦਿੱਤੇ ਤੁਹਾਨੂੰ ਰਾਜ ਮਿਲੇ ਸੀ ਸਤਵੇਂ ਪਾਤਸ਼ਾਹ ਨੇ ਨੰਗਿਆਂ ਭੁੱਖਿਆਂ ਨੂੰ, ਇਹਨਾਂ ਦੇ ਵੱਡਿਆਂ ਦੇ ਝੱਗਾ ਨਹੀਂ ਸੀ ਪਾਉਣ ਨੂੰ, ਖਾਣ ਨੂੰ ਰੋਟੀ ਨਹੀਂ ਸੀ, ਜਾ ਕੇ ਆਪਦੇ ਢਿੱਡ ਖੜਕਾਏ ਸੀ ਇੱਥੇ ਮਹਾਰਾਜ 'ਚ। ਜਦੋਂ ਗੁਰੂ ਹਰ ਰਾਏ ਜੀ ਆਏ, ਉਹਨਾਂ ਪੁੱਛਿਆ ਵੀ ਕੀ ਇਵੇਂ ਕਿਉਂ ਕਰਦੇ ਆ, ਕਹਿੰਦੇ ਮਹਾਰਾਜ ਤੁਹਾਡੇ ਸਿੱਖਾਂ ਦੇ ਬੱਚੇ ਆ, ਇਹਨਾਂ ਦਾ ਪਿਓ ਜਿਹੜਾ ਸੀ ਉਹ ਜੰਗ 'ਚ ਸ਼ਹੀਦ ਹੋ ਗਿਆ ਸੀ ਮਹਾਰਾਜ 'ਚ, ਇਹ ਹੁਣ ਮਹਾਰਾਜ ਭੁੱਖੇ ਮਰਦੇ ਆ, ਰੋਟੀ ਨਹੀਂ ਖਾਣ ਨੂੰ, ਕੱਪੜਾ ਨਹੀਂ ਹੈਗਾ, ਇਹ ਤੁਹਾਡੇ ਤੋਂ ਮੰਗਦੇ ਆ। ਗੁਰੂ ਸਾਹਿਬ ਕਹਿੰਦੇ ਕਾਲਾ ਸੀ ਚਾਚਾ, ਕਹਿੰਦੇ ਭਤੀਜਿਆਂ ਨੂੰ ਲੈ ਕੇ ਆਇਆ ਸੀ, ਕਹਿੰਦੇ ਕਾਲਿਆ ਇਹ ਰਾਜੇ ਮਹਾਰਾਜੇ ਬਣਨਗੇ, ਫਰੀਦਕੋਟ ਦੇ, ਨਾਭੇ ਦੇ, ਪਟਿਆਲੇ ਦੇ, ਕੈਂਥਲ ਦੇ, ਸਾਰੀਆਂ ਰਿਆਸਤਾਂ ਦੇ ਰਾਜੇ ਬਣਨਗੇ। ਆਖੋ ਤੂੰ ਰੋਟੀ ਮੰਗਦਾ, ਕੱਪੜਾ ਮੰਗਦਾ ਇਸ ਘਰ 'ਚੋਂ, ਇੱਥੋਂ ਤਾਂ ਰਾਜ ਭਾਗ ਅਤੇ ਮਹਿਲ ਮਿਲਦੇ ਆ, ਇੱਥੋਂ ਵੱਡੀਆਂ ਵੱਡੀਆਂ ਦਾਤਾਂ ਮਿਲਦੀਆਂ, ਕੋਈ ਮੰਗ ਕੇ ਤਾਂ ਵੇਖ ਲੇ, ਭੱਜੇ ਦਾ ਪਾਸੇ ਫਿਰਨਾ, ਮੰਗਣਾ ਤਾਂ ਹੈ ਨਹੀਂ, ਗੁਰੂ ਦੇ ਦਰ ਤਾਂ ਜਾਣਾ ਨਹੀਂ, ਸਾਰੀ ਬਾਹਰ ਲੱਗ ਕੇ ਜਦੋਂ ਧੂੰਆਂ ਨਿਕਲ ਜਾਂਦਾ ਫਿਰ ਬਾਬਿਆਂ ਕੋਲ ਆ ਜਾਂਦੇ। ਪਹਿਲੋਂ ਗੁਰੂ ਨਾਨਕ ਦੇ ਦਰ 'ਤੇ ਡਿੱਗੋ, ਇਹ ਕਿਸੇ ਸਾਧ ਦਾ ਡੇਰਾ ਨਹੀਂ ਪੁੱਛੋ ਵਾਲਾ, ਇਹ ਨਿਰੰਕਾਰ ਅਕਾਲ ਪੁਰਖ ਦਾ ਤਖ਼ਤ ਹੈ ਗੁਰੂ ਨਾਨਕ ਸਾਹਿਬ ਦਾ, ਇੱਥੋਂ ਕੰਧਾਂ 'ਚੋਂ ਵੀ
ਦਰਖਤਾਂ 'ਚੋਂ ਵੀ ਧੰਨ ਗੁਰੂ ਨਾਨਕ ਦੀਆਂ ਆਵਾਜ਼ਾਂ ਆਉਂਦੀਆਂ। ਮਹਾਂਪੁਰਖ ਤੁਹਾਡਾ ਭਲਾ ਕਰਨ ਵਾਸਤੇ ਇੱਥੇ ਬੈਠੇ ਆਣਗੇ। ਉਹਨਾਂ ਨੂੰ ਤਾਂ ਸਾਰਾ ਜਹਾਨ ਸੀ, ਜਿੱਥੇ ਮਰਜ਼ੀ ਬਹਿ ਜਾਂਦੇ। ਉਸ ਲਈ ਇਸ ਇਲਾਕੇ ਨੂੰ ਵਸਾਉਣ ਆਏ ਸੀ, ਭਲਾ ਕਰਨ ਆਏ ਸੀ। ਉਹਨਾਂ ਨੇ ਕਿਹਾ ਸੀ ਸੋਨੇ ਦੀ ਪੁੱਛੋ ਬਣਾ ਦਿਆਂਗੇ, ਤੁਹਾਡੇ ਜ਼ਮੀਨਾਂ ਰੁਲਦੀਆਂ ਸੀ, ਮੈਂ ਆਪ ਦੇਖੀਆਂ। ਇੱਥੇ ਕੱਖ ਨਹੀਂ ਆਉਂਦੇ ਸੀ, ਫਸਲਾਂ ਨਹੀਂ ਹੁੰਦੀਆਂ ਸੀ, ਕਿਤੇ ਹੋ ਗਈਆਂ ਬਰਸਾਤਾਂ, ਕੌੜੇ ਪਾਣੀ ਸੀ। ਅੱਜ ਕਿਉਂ ਪਲਟਾ ਖਾ ਗਿਆ, ਫਸਲਾਂ ਝੋਨੇ ਲੱਗਣ ਲੱਗ ਪਏ, ਫਸਲਾਂ ਵੀ ਹੋ ਗਈਆਂ। ਦਸਵੇਂ ਪਾਤਸ਼ਾਹ ਨੇ ਕਿਹਾ ਸੀ ਇੱਥੇ ਬਹੁਤ ਫਸਲਾਂ ਆਉਣਗੀਆਂ, ਡੱਲਿਆ। ਉਹਨੇ ਕਿਹਾ ਸੀ ਇੱਥੇ ਕੀ ਕਰੀਰ ਹੈਗੇ, ਆਕੇ ਗਏ ਕਰੀਰਾਂ ਦੇ ਡੇਲਿਆਂ ਨਾਲ ਰੋਟੀ ਖਾਂਦੇ ਸੀ ਇਸ ਇਲਾਕੇ ਦੇ ਰਹਿਣ ਵਾਲੇ। ਰੋਟੀ ਨਹੀਂ ਰੱਜ ਕੇ ਖਾਣ ਨੂੰ ਸੀ। ਕਲਗੀਧਰ ਪਾਤਸ਼ਾਹ ਦੇ ਗਏ, ਸੱਤਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਵੀ ਆਏ, ਛੇਵੇਂ ਪਾਤਸ਼ਾਹ ਵੀ, ਬਾਬਾ ਮਹਾਰਨਾਮ ਸਿੰਘ ਨੇ ਕਸਰਾਂ ਕੱਢਤੀਆਂ, ਭੰਡਾਰ ਭਰਤੀ। ਇਹ ਰਾਜ ਪਾਗੇ ਵੀ ਚੱਲਦੇ ਆ, ਜਿਵੇਂ ਰਾਜੇ ਗੰਗਾ ਸਿੰਘ 'ਤੇ ਕਿਰਪਾ ਹੋਈ। 9 ਸਾਲ ਦੇ ਮੁੰਡੇ ਨੇ ਐਡਾ ਕਮਾਲ ਦਾ ਰਾਜ ਕੀਤਾ, ਰੱਬ ਤੱਕ ਪਾਲਿਆ। ਹੁਣ ਸਮਾਂ ਨਹੀਂ ਉਹਦੀ ਸਾਖੀ ਸੁਣਾਈਏ, ਬੜੀ ਵੱਡੀ ਸਾਖੀ। 13 ਸਾਲ ਦੀ ਉਮਰ 'ਚ ਰਾਜਾ ਸੀ ਉਹ, ਅਤੇ ਰਾਜ ਭਾਗ ਚੱਲਦੇ ਸੀ। 11.5 ਸਾਲ ਦੇ ਸੀ, 9 ਸਾਲ ਦੇ ਸੀ ਗੁਰੂ ਗੋਬਿੰਦ ਸਿੰਘ ਜੀ, 11 ਸਾਲ ਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰਿਆਈਆਂ ਚੜ੍ਹਾਤੀਆਂ। 5 ਸਾਲ ਦੇ ਸੀ ਸੱਤਵੇਂ ਪਾਤਸ਼ਾਹ, ਗੁਰਿਆਈਆਂ ਦੁਨੀਆ ਤਾਰਤੀ। ਉਮਰਾਂ ਨਾਲ ਥੋੜ੍ਹਾ ਸੰਬੰਧ ਹੈ। 9 ਸਾਲ ਦਾ ਕੀ ਕਰੇਗਾ, 11 ਸਾਲ ਦਾ ਕੀ ਕਰੇਗਾ। 5-7 ਸਾਲ ਦੀਆਂ ਜਿੰਦਾਂ ਨੇ, ਸਾਹਿਬਜ਼ਾਦਿਆਂ ਨੇ ਹਿੰਦੁਸਤਾਨ ਵਸਾਤਾ, ਜੜ੍ਹਾਂ ਲਾਤੀਆਂ ਹਿੰਦੁਸਤਾਨ ਦੀਆਂ, ਤੁਰਕਾਂ ਦੀਆਂ ਜੜ੍ਹਾਂ ਪੜਤੀਆਂ। ਸਭ ਤੋਂ ਛੋਟੇ ਬੱਚਿਆਂ ਨੇ 5-7 ਸਾਲ ਦੀਆਂ ਨੇ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ, ਨਹੀਂ ਤਾਂ ਮੁਗਲ ਜਾਣੇ ਨਹੀਂ ਸੀ ਇੱਥੋਂ। ਮੁਗਲਾਂ ਦਾ ਰਾਜ ਰਹਿਣਾ ਸੀ ਜੇ ਸਾਹਿਬਜ਼ਾਦਿਆਂ ਨੂੰ ਉਹ ਸ਼ਹੀਦ ਨਾ ਕਰਦੇ ਦਸਵੇਂ ਪਾਤਸ਼ਾਹ ਫਿਰ ਤੀਰ ਦੀ ਨੋਕ ਨਾਲ। ਕਾਈ ਦਾ ਬੂਟਾ ਪੜ ਕੇ ਕਹਿਣ ਲੱਗੇ ਮੁਗਲ ਰਾਜ ਦੀਆਂ ਜੜ੍ਹਾਂ ਪੜਦੀਆਂ, ਐਡਾ ਪਾਪ ਹੋ ਗਿਆ। ਉਹ 7-5 ਸਾਲ ਦੇ ਜਵਾਕਾਂ ਨੇ ਜੜ੍ਹਾਂ ਪੜਦੀਆਂ ਮੁਗਲ ਰਾਜ ਦੀਆਂ, ਨਹੀਂ ਤਾਂ ਇੱਥੇ ਮੁਸਲਿਆਂ ਦੇ ਹੀ ਰਾਜ ਹੋਣੇ ਸੀ। ਅਸੀਂ ਨਹੀਂ ਗੁਰੂਆਂ ਦਾ, ਪੀਰਾਂ ਦਾ, ਮਹਾਂਪੁਰਸ਼ਾਂ ਦਾ ਦੇਣਾ ਦੇ ਸਕਦੇ। ਹੁਣ ਰਾਜਸ ਕਰੋ, ਛੋਟੀ ਸਮਾ ਅਰਦਾਸ ਬੈਠੀ ਸਮਾਪਤੀ। ਉੱਥੇ ਸੁਖਮਣੀ ਦਾ ਟਾਈਮ ਸ਼ੁਰੂ ਹੋ ਗਿਆ। ਕੀ ਟਾਈਮ ਹੋ ਗਿਆ? 2:40। ਹਾਂ, ਸੁਖਮਣੀ ਸ਼ੁਰੂ ਹੋ ਗਿਆ, ਸਾਰਾ ਜਾਣਾ ਸੁਖਮਣੀ ਜੀ ਉੱਥੇ।
ਹਰ ਜਸ ਗਾਇਓ ਸੰਤ ਜਨਾ ਮਿਲ, 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 ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ, ਚੰਗੀਆਂ ਬੁਰੀਆਂ ਵਾਚੈ ਤ੍ਰਿ ਮਹਾਦੂ, ਜੀ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ। ਸਤਿ ਸ੍ਰੀ ਅਕਾਲ ਪੁਰਖ ਜੀ ਕਾ, ਧਿਆਨ ਧਰ ਕੇ ਬੋਲਣਾ ਜੀ, ਹੱਥ ਜੋੜ ਪਰਨਾ ਪਾ ਗੱਲ ਸ਼ਾਇਦ ਅਰਦਾਸ ਕਰਨਾ। ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਬਾਬਾ ਜੀਓ, ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਜੋਧਰੀ ਹੈ ਗਰੀਬ ਨਵਾਜ, ਆਪ ਜੀ ਕੀ ਮਿਹਰ ਸਦਕਾ ਕਿਰਪਾ ਸਦਕਾ ਆਪ ਜੀ ਨੇ ਬਖਸ਼ਿਸ਼ ਕੀਤੀ, ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਜੀਓ ਰਹਿਣ ਸਵਾਈ ਕੀਰਤਨ ਹੋਏ, ਆਪ ਜੀ ਕੇ ਦਰੋਂ ਘਰੋਂ ਸਾਜਿਆ ਨਵਾਜਿਆ ਗੁਰਮੁਖ ਪਿਆਰਿਆਂ ਨੇ, ਮਹਾਂਪੁਰਖਾਂ ਨੇ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ, ਗਰੀਬ ਨਿਵਾਜ ਹਰ ਜਸ ਕਰਦਿਆਂ ਕਥਾ ਵਿਚਾਰਾਂ ਕਰਦਿਆਂ, ਗਰੀਬ ਨਿਵਾਜ ਸੇਵਾ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਮਾਫ਼ ਕਰਨੀਆਂ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਨਾਮ ਜਪਣ ਦੀ ਸਮੱਤ ਬਖਸ਼ਿਸ਼ ਕਰਨੀ, ਸੇਵਾ ਕਰਨ ਦਾ ਬਲ ਬਖਸ਼ਣਾ ਗਰੀਬ ਨਿਵਾਜ, ਇਸ ਵੇਲੇ ਜੀ ਕੇ ਅਰਦਾਸ ਅਖਰਵਾਦ ਦਾ ਘਾਟਾ ਪੁਲਚਕ ਮਾਫ਼, ਆਪ ਜੀ ਕੇ ਚਰਨ ਕਮਲਾਂ ਪਾਸ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ, ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ।